ਦੋਸਤੋ ਇਸ ਸਮੇ ਸਾਡੇ ਨਾਲ ਅੱਜ ਦੇ ਮੇਜਬਾਨ ਕਲੱਬ ਦੇ ਮੈਂਬਰ ਸਾਹਿਬਾਨ ਤੇ ਕਬੱਡੀ ਫੈਡਰੇਸ਼ਨ ਆਫ অন্ਟਾਰੀਓ ਦੇ ਪ੍ਰਧਾਨ ਕਾਲਾ ਹਾਂ ਸੀ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਦੇ ਸਕਸੈਸਫੁਲ ਟੂਰਨਾਮੈਂਟ ਬਾਰੇ ਪ੍ਰਧਾਨ ਸਾਹਿਬ ਪਹਿਲਾਂ ਤਾਂ ਮੁਬਾਰਕਾਂ ਖੁਸ਼ ਹੂੰ ਜਿੱਦਾਂ ਦਾ ਇਕੱਠ ਉਮੀਦ ਕੀਤੀ ਸੀ ਮਿਲਿਆ ਬਹੁਤ ਬਹੁਤ ਸਾਰਿਆਂ ਨੂੰ ਜੀ ਬਧਾਈਆਂ ਹਾਂਜੀ ਜੋ ਜੋ ਅਸੀਂ ਐਸਪੈਕਟ ਕੀਤਾ ਸੀਗਾ ਉਸ ਤੋਂ ਵੀ ਜ਼ਿਆਦਾ ਇਕੱਠ ਹੋਇਆ ਵਾ ਜੀ ਉਸ ਤੋਂ ਵਧੀਆ ਬੈਟਰ ਮੈਸੇਜ ਹੋਇਆ ਜੀ ਮਤਲਬ ਕਿ ਜੇ ਆਪਾਂ ਕਹੀਏ ਫਾਈਨਲ ਮੈਚ ਤੱਕ ਦਰਸ਼ਕ ਉਦਾਂ ਦੇ ਉਦਾਂ ਹੀ ਬਣੇ ਰਹੇ ਕੋਈ ਵੀ ਆਪਣੀ ਸੀਟਾਂ ਤੋਂ ਨਹੀਂ ਹੱਲਿਆ ਕੀਮੀ ਤੇ ਕਰ ਸਕਦੇ ਹਾਂ ਉਹਨਾਂ ਲਈ ਇਕੱਠੇ ਵੀ ਇਕੱਠੇ ਦੂ ਵਧੇਗਾ ਆ ਇਸ ਤੋਂ ਜ਼ਿਆਦਾ ਇਕੱਠ ਆਉਣ ਵਾਲੇ ਟੂਰਨਾਮੈਂਟਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਇਕੱਠ ਹੋਊਗਾ ਕਿਉਂਕਿ ਸਾਡੇ ਅਜੇ ਕਾਫੀ ਪਲੇਅਰ ਸਾਡੀ ਹਾਫ ਤੋਂ ਜ਼ਿਆਦਾ ਟੀਮ ਸਾਡੀ ਮੈਟਰੋ ਦੀ ਬਾਹਰ ਬੈਠੀ ਆ ਬਾਕੀ ਸਾਡੀਆਂ ਫੈਡਰੇਸ਼ਨ ਦੀਆਂ ਜਿਹੜੀਆਂ ਦੂਜੀਆਂ ਟੀਮਾਂ ਨੇ ਉਹਨਾਂ ਦੇ ਬਹੁਤ ਪਲੇਅਰ ਬਾਹਰ ਬੈਠੇ ਨੇ ਜੀ ਮੈਂ ਤੁਹਾਡੀ ਕਲੱਬ ਤੇ ਤੁਹਾਡੇ ਕਲੱਬ ਦੇ ਜਿਹੜੇ ਜਿੰਨਾ ਮਤਲਬ ਅੱਜ ਸਾਰਾ ਆਰਗੇਨਾਈਜ਼ ਕੀਤਾ ਇਸ ਟੂਰਨਾਮੈਂਟ ਤੁਹਾਡੀ ਸਾਰੀ ਕਲੱਬ ਵਧਾਈ ਦੀ ਪਾਤਰ ਹੈ ਐਡੇ ਵੱਡੇ ਫੰਕਸ਼ਨ ਨੂੰ ਪਹਿਲੀ ਸੀਜ਼ਨ ਦੇ ਪਹਿਲੇ ਕੱਪ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਦਰਸ਼ਕਾਂ ਲਈ ਹਰ ਹਰ ਇੱਕ ਪ੍ਰਕਾਰ ਦੀ ਸਹੂਲਤ ਅਵੇਲੇਬਲ ਸੀ ਕੀ ਕਹਿਣਾ ਚਾਹੂਗੇ ਕਿੰਦਾ ਦਾ ਪ੍ਰਬੰਧ ਆਉਣ ਵਾਲੇ ਕ ਟੂਰਨਾਮੈਂਟ ਦੇ ਵਿੱਚ ਨੂੰ ਮਿਲਣਗੇ ਸਾਡੀ ਕਬੱਡੀ ਫੈਡਰੇਸ਼ਨ ਆਫ অন্ਟਾਰੀਓ ਦੇ ਵਿੱਚ ਜਿਹੜੇ ਸਾਡੇ ਪੁਰਾਣੇ ਸਾਡੇ ਮੈਂਬਰਸ ਨੇ ਜੀ ਸਾਡੇ ਬਹੁਤ ਸੀਨੀਅਰ ਮੈਂਬਰਸ ਨੇ ਉਹਨਾਂ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ ਜੀ ਇਹਨਾਂ ਚੀਜ਼ਾਂ ਦੀ ਉਹਨਾਂ ਤੋਂ ਸਿੱਖ ਕੇ ਅਸੀਂ ਅੱਗੇ ਚੱਲ ਰਹੇ ਹਾਂ ਬਾਕੀ ਮੈਂ ਫੈਡਰੇਸ਼ਨ ਦੀ ਤਰਫ ਤੋਂ ਗੱਲ ਕਰਦਾ ਜਿਹੜੀ ਸਾਡੀ ਕਲੱਬ ਆ ਜਿਹਦੇ ਮੈਂਬਰਾਂ ਜਿਹਦੇ ਮੈਂ ਮੈਂਬਰਾਂ ਜੀ ਉਹ ਕਲੱਬ ਦੇ ਵਿੱਚ ਸਾਡੇ ਜਿਹੜੇ ਪੁਰਾਣੇ ਮੈਂਬਰਸ ਨੇ ਪਿੰਕੀ ਢਿੱਲੋਂ ਮਲਕੀਤ ਦਿਓਰ ਭਿੰਦਰਪਾਲ ਸਿੰਘ ਖੋਹਰੀ ਜਿਨ੍ਹਾਂ ਵੀ ਬਿੱਲੂ ਹੋਣੀ ਸਾਡੇ ਪੁਰਾਣੇ ਜਾਂ ਨਵੇਂ ਮੈਂਬਰਸ ਨੇ ਸਾਡੇ ਫਿੰਡੀ ਹੋਣੀ ਸਾਰੇ ਜਿੰਨੇ ਵੀ ਹੈਗੇ ਅਸੀਂ ਉਹ ਸਾਨੂੰ ਸਾਨੂੰ ਬਹੁਤ ਬਹੁਤ ਸਿੱ ਉਹਨਾਂ ਦਾ ਸਕੀਦਾ ਬੈਟਰ ਆਰਗੇਨਾਈਜ਼ ਕਰੀਦਾ ਜੀ ਕਹਾਂਜੀ ਕੋਈ ਆਨ ਵਾਲੇ ਕੱਪਾਂ ਬਾਰੇ ਜੇ ਆਪਾਂ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰੀਏ ਨੈਕਸਟ ਟੂਰਨਾਮੈਂਟ ਕਦੋਂ ਤੇ ਕਿਸ ਜਗ੍ਹਾ ਹੋਣ ਜਾ ਰਿਹਾ ਨੈਕਸਟ ਵੀਕਐਂਡ ਹੋਣਾ ਜੀ ਇਹਨਾਂ ਗਰਾਊਂਡਾਂ ਦੇ ਵਿੱਚ ਹੀ 11 ਤਰੀਕ ਨੂੰ ਜੀ 11 ਤਰੀਕ ਨੂੰ 11 ਜੂਨ ਨੂੰ ਨੈਕਸਟ ਟੂਰਨਾਮੈਂਟ ਹੋਊਗਾ ਉਹਦੇ ਤੇ ਸਾਡੀ ਫੁੱਲ ਟੀਮ ਗਰਾਊਂਡ 'ਚ ਉਤਾਰਾਂਗੇ ਅਸੀਂ ਮੈਟਰੋ ਦੀ ਔਰ ਬਾਕੀ ਦੀ ਜਿਹੜੀ ਸਾਡੀ ਫੈਡਰੇਸ਼ਨ ਦੇ ਅੰਡਰ ਟੀਮਾਂ ਖੇਡ ਰਹੀਆਂ ਨੇ ਜੀ ਉਹਨਾਂ ਸਾਰੀਆਂ ਆਪਣੀਆਂ ਟੀਮਾਂ ਦੇ ਪਲੇਅਰ ਸਾਰੇ ਨੈਕਸਟ ਟੂਰਨਾਮੈਂਟ ਤੇ ਪਹੁੰਚਣਗੇ ਔਰ ਅਸੀਂ ਪਹਿਲਾਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਪਾਕਿਸਤਾਨ ਦੀ ਪਹਿਲੀ ਵਾਰ ਹੋਇਆ ਜੋ ਜਿਹੜੀ 95 ਤੋਂ ਬਾਅਦ 10 ਪਲੇਅਰਾਂ ਨੂੰ ਪਾਕਿਸਤਾਨ ਤੋਂ ਵੀਜ਼ਾ ਲੱਗਿਆ ਜਿਨ੍ਹਾਂ ਦੇ ਵਿੱਚੋਂ 7-8 ਪਲੇਅਰ ਆ ਚੁੱਕੇ ਹੈ ਜੀ ਸੋ ਆਪਾਂ ਕਹਿ ਸਕਦੇ ਹਾਂ ਇਸ ਹਿਸਾਬ ਨਾਲ ਪਾਕਿਸਤਾਨ ਦੀ ਟੀਮ ਕੈਨੇਡਾ ਕਬੱਡੀ ਵਰਲਡ ਕੱਪ ਦੇ ਉੱਤੇ ਜ਼ਰੂਰ ਬਣੇਗੀ 100% ਜੀ ਕੈਨੇਡਾ ਕਬੱਡੀ ਕੱਪ ਦੇ ਉੱਤੇ ਪਾਕਿਸਤਾਨ ਦੀ ਫੁੱਲ ਟੀਮ ਆਪਦੇ ਕੰਟਰੀ ਨੂੰ ਰਿਪਰੈਜ਼ੈਂਟ ਕਰੂਗੀ ਜੀ